ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਬਹੁਤ ਲਾਡਾਂ ਨਾਲ ਵਾਲਿਆ ਸੀਗਾ ਪੁੱਤ, ਇੱਕ ਬਾਹ ਨਾਲ ਇੱਕ ਲੱਤ ਦੇ ਸਾਰੇ ਸਾਡਾ ਉਹਨੇ ਸਹਾਰਾ ਬਣਨਾ ਸੀ ਜਿਹੜਾ ਉਹ ਬਣ ਨਹੀਂ ਸਕਿਆ। ਉਹਨੂੰ ਆਏ ਸੀ ਪੁੱਤ ਦੀ ਜ਼ਿੰਦਗੀ ਬਣ ਜੂ, ਬਾਹਰ ਚੱਲਿਆ ਜਾਊ। ਕੁੜੀ ਦੇ ਪੈਸੇ ਲਾਏ, ਆਈ ਲੈਸ ਵਾਲੀ ਕੁੜੀ ਲਈ, ਪੈਸੇ ਲਾਏ, ਪਰ ਜਿਹੜੇ ਸਾਡੇ ਸੁਪਨੇ ਸੀ ਉਹ ਅਧੂਰੇ ਰਹਿ ਗਏ। ਲੱਗਦਾ ਸੀ ਇੰਨੇ ਪੈਸੇ ਲਾ ਕੇ ਉਹਨੂੰ ਇੱਥੇ ਕੰਮ ਕਰਾ ਸਕਦੇ, ਲੱਭ ਰਹੀ ਸੀ, ਲੱਗਦਾ ਤਾਂ ਸੀ ਬਸ ਕਿਸਮਤ ਨੇ ਸਾਥ ਨਹੀਂ ਦਿੱਤਾ। ਬਹੁਤ ਮੁੰਡਾ ਮੇਰਾ ਸਿਆਣਾ ਸੀ, 1 ਮਾਰਚ ਨੂੰ ਉਹਦੀ ਮੈਰਿਜ ਹੋਈ ਆ। ਉਦੋਂ 20 ਕੁ ਦਿਨਾਂ ਬਾਅਦ ਉਹਦੀ ਮਿਸਿਜ ਦਾ ਅਸੀਂ ਅਪਲਾਈ ਕਰਤਾ, 22-23 ਦਿਨਾਂ 'ਚ ਉਹਦਾ ਵੀਜ਼ਾ ਆ ਗਿਆ, ਸਾਰਾ ਪੈਸਾ ਪੂਸਾ ਭਰਿਆ। ਕਿੰਨੇ ਪੈਸੇ ਲੱਗੇ? ਪੈਸੇ ਜੀ ਲਗਭਗ, ਵਿਆਹ ਵੀ ਮੈਂ ਕਰਿਆ, ਪੈਲਸ ਦਾ ਜਿੰਨਾ ਖਰਚਾ ਸੀ ਸਾਰਾ ਮੇਰਾ ਖਰਚਾ ਸੀ। ਮੈਂ ਕੁੜੀ ਵਾਲੇ ਨੂੰ ਕਹਿਤਾ ਸੀ ਵੀ ਸਿਰਫ ਤੁਸੀਂ ਕੱਪੜੇ ਪਾ ਕੇ ਜੋ, ਤੁਹਾਡਾ 1 ਰੁਪਈਆ ਨਹੀਂ ਮੈਂ ਲਵਾਉਣਾ। ਕੋਈ ਪੈਸਾ ਨਹੀਂ ਲਵਾਇਆ, ਗੋਲਡ ਵੀ ਮੈਂ ਪਾਇਆ, ਉਹਨਾਂ ਤੋਂ ਕੋਈ ਸੋਨਾ ਨਹੀਂ ਲਿਆ, ਕੁਛ ਨਹੀਂ ਲਿਆ। ਲਗਭਗ ਮੇਰਾ ਖਿਆਲ ਆ ਜੀ 30 ਕੁ ਲੱਖ ਦੇ ਲਵੇ ਲਾਉਣੇ ਮੈਰਿਜ 'ਤੇ, ਔਰ ਉੱਦਾਂ 9 ਲੱਖ ਰੁਪਈਆ ਉਹਦੀ 1 ਸਾਲ ਦੀ ਪੜ੍ਹਾਈ ਦੀ ਫੀਸ ਭਰੀ, 6 ਲੱਖ ਕੁਛ ਉੱਤੇ ਸੀਗੇ ਪੈਸੇ, ਉਹ ਮਲੇਰ ਕੋਲ HDFC ਬੈਂਕ 'ਚੋਂ, ਉਹਦੇ ਰਾਹੀਂ ਉਹ ਕੋਈ ਫੀਸ ਹੁੰਦੀ ਆ, GSI ਪਤਾ ਨਹੀਂ ਕੀ ਹੁੰਦੀ ਆ, ਉਹ ਭਰੇ, ਉਸ ਤੋਂ ਸਾਰਾ ਮੈਰਿਜ ਦਾ ਖਰਚਾ। ਲੜਾਈ ਜੀ ਥੋੜ੍ਹੀ ਜਿਹੀ ਟਿਕਟ ਨੂੰ ਲੈ ਕੇ ਹੋ ਗਈ। ਮੇਰੇ ਮਨ 'ਚ ਐਂ ਸੀਗਾ ਵੀ ਜਿਹੜਾ ਗੋਲਡ ਆ, ਵੀ ਉਹ ਗੋਲਡ ਉਹਦੇ ਸਹੁਰੇ ਦੇ ਹੱਥ ਆ ਗਿਆ, ਵੀ ਗੋਲਡ ਇੱਥੇ ਜਿੰਨਾ ਸੋਨਾ ਮੈਂ ਪਾਇਆ ਸੀ ਵੀ ਉਹਨਾਂ ਦਾ ਕੁਛ ਨਹੀਂ ਸੀ, ਵੀ ਉਹ ਸੋਨਾ ਮੈਂ ਬੇਟੇ ਨੂੰ ਕਿਹਾ, ਮੈਂ ਬੇਟੇ ਆਪਾਂ ਲੋਨ ਕਰਾ ਲੈਂਦੇ ਹਾਂ, ਜਿਹੜਾ ਕੋਈ ਪੈਸਾ ਘਟੂਗਾ ਮੈਂ ਆਪੇ ਲਾਊਂਗਾ, ਤੇਰੀ ਵਾਈਫ ਦੀ ਸ਼ੋਪਿੰਗ ਵੀ ਕਰਾਊਂ, ਟਿਕਟ ਵੀ ਕਰਾਊਂ, ਜਿੱਥੇ ਮੈਂ ਇੰਨਾ ਪੈਸਾ ਖਰਚ ਕਰਤਾ ਮੈਂ ਹੁਣ ਹੋਰ ਨਹੀਂ ਕਰ ਸਕਦਾ। ਬਸ ਪਤਾ ਨਹੀਂ ਜੀ ਉਹਨਾਂ ਨੇ ਕਿਵੇਂ ਗੱਲਾਂ 'ਚ ਭਰਮਾ ਲਿਆ, ਅੱਜ ਤੋਂ 1 ਮਹੀਨਾ ਪਹਿਲਾਂ ਉਹਨੂੰ ਲੈ ਗਏ, ਉਸ ਤੋਂ ਬਾਅਦ ਵਿੱਚ ਦੀ ਉਹ ਫੇਰ ਆਇਆ, ਫੇਰ ਆ ਕੇ ਸਕੋਰਪੀਓ ਗੱਡੀ ਲੈ ਗਿਆ, ਗੱਡੀ ਦੇ ਵਿੱਚ 2-3 ਟੈਚੀ ਪਹਿਲਾਂ ਲੈ ਕੇ ਰੱਖ ਕੇ, ਉਸ ਤੋਂ ਬਾਅਦ ਮਰਨ ਤੋਂ 2-3 ਦਿਨ ਪਹਿਲਾਂ ਫੇਰ ਆਇਆ, ਆਪਦੀ ਮੰਮੀ ਨੂੰ ਫੋਨ ਕਰਿਆ ਅਤੇ ਉਦੋਂ ਫਿਰ ਲੈ ਗਏ ਪਤਾ ਨਹੀਂ ਕੀ ਕੀ ਸਮਾਨ। ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਉਹਦਾ ਹੀ ਘਰ ਆ, ਉਹਦਾ ਹੀ ਸਾਰਾ ਕੁਛ ਆ, ਅਤੇ ਉਸ ਤੋਂ ਬਾਅਦ ਉਹ ਇੰਨਾ ਲਾਲਚ ਦੇ ਵਿੱਚ ਸਹੁਰਾ ਪਰਿਵਾਰ ਆ ਗਿਆ ਵੀ ਆਪਾਂ ਜਿੰਨਾ ਕੁਛ ਹੱਥ ਆਉਂਦਾ ਕਰ ਲਈਏ। ਉਹਦੇ ਸਹੁਰੇ ਪਰਿਵਾਰ ਨੇ ਉਹਦੀਆਂ ਸਾਰੀਆਂ ਟੂਮਾਂ ਹੱਥ ਕਰ ਲਈਆਂ, ਸਾਰਾ ਕੁਛ ਉਹਦਾ ਉਹਨਾਂ ਨੇ ਆਪਦੇ ਹੱਥ ਕਰ ਲਿਆ। ਉਸ ਤੋਂ ਬਾਅਦ ਉਹ ਮਿੰਨਤਾਂ ਤਰਲੇ ਕਰਦਾ, ਇੱਕ ਆਡੀਓ ਦੇ ਵਿੱਚ ਫੋਨ ਆਪਦੇ ਦੋਸਤ ਨੂੰ ਕਰਦਾ ਵੀ ਮੇਰਾ ਤਾਂ ਸਾਰਾ ਸੋਨਾ ਉਹ ਲੈ ਗਏ। ਬਸ ਉਸ ਤੋਂ ਬਾਅਦ ਨਾ ਸਾਨੂੰ ਕੋਈ ਸਹੁਰਾ ਪਰਿਵਾਰ ਨੇ ਫੋਨ ਕਰਿਆ, ਉਹਦੇ ਦੋਸਤ ਨੇ ਫੋਨ ਕਰਿਆ ਵੀ ਲਵਪ੍ਰੀਤ ਨੂੰ ਪਤਾ ਨਹੀਂ ਕੀ ਹੋ ਗਿਆ, ਜਲਦੀ ਤੋਂ ਜਲਦੀ DMC ਹੋਸਪਿਟਲ ਲੁਧਿਆਣੇ ਜੋ। ਜਦੋਂ ਅਸੀਂ ਉੱਥੇ ਪਹੁੰਚਿਆ ਉਹਦੀ ਡੈੱਡ ਬੋਡੀ ਉਹਦੇ ਵਿੱਚ ਇੱਕ ਫਰਿੱਜ ਦੇ ਵਿੱਚ ਰੱਖੀ ਪਈ ਸੀ। ਨਸ਼ੇ ਦੀ ਗੱਲ ਕਹੀ ਜਾ ਰਹੀ ਹੈ, ਟੀਕਾ ਲਾਇਆ? ਦੇਖੋ ਜੀ ਕੁਛ ਚੈਨਲਾਂ ਨੇ ਦੱਸਿਆ, ਉਹਦਾ ਸਹੁਰਾ ਕਹਿੰਦਾ ਵੀ ਇਹ ਕਿਸੇ ਨਸ਼ਾ ਕੇਂਦਰ ਦੇ ਵਿੱਚ ਛੱਡਿਆ ਹੋਇਆ ਸੀ। ਮੈਂ ਕਹਿੰਦਾ ਇੰਡੀਆ ਦੇ ਵਿੱਚ ਕਿਸੇ ਵੀ ਨਸ਼ਾ ਕੇਂਦਰ ਤੋਂ ਪਤਾ ਕਰ ਲਓ, ਪੰਜਾਬ ਤੋਂ ਪਲੱਸ ਹੋਰ ਵੀ ਕਿਤੋਂ ਵੀ ਪਤਾ ਕਰ ਲਓ, ਉਹ ਇਹੋ ਜਿਹਾ ਹੈ ਨਹੀਂ ਸੀ। ਇਹੋ ਜਿਹਾ ਇੰਨਾ ਸਟਰੋਂਗ ਬੰਦਾ ਸੀ, ਬਹੁਤ ਜ਼ਿਆਦਾ ਜਿੰਮ ਜਾਂਦਾ ਸੀ, ਸਾਰਾ ਕੁਛ ਖੇਡਦਾ ਕਰਦਾ ਸੀ, ਨਸ਼ੇ ਵਾਲਾ ਇਹੋ ਜਿਹਾ ਬੰਦਾ ਨਹੀਂ ਸੀ। ਉਹ ਸਾਡੀ ਫਰਿੱਜ ਦੇ ਵਿੱਚ 5-10 ਲੀਟਰ ਦੁੱਧ ਵੀ ਪਿਆ ਹੁੰਦਾ ਸੀ, ਉਹ ਰਾਤੋਂ ਰਾਤ ਦੁੱਧ ਵੀ ਪੀ ਜਾਂਦਾ ਸੀ, ਇੰਨਾ ਖਾਣ ਪੀਣ ਦਾ ਸ਼ੌਕੀਨ ਸੀ। ਸੰਤੁਸ਼ਟ ਤਾਂ ਜੀ ਅਸੀਂ ਉਦੋਂ ਹੋਵਾਂਗੇ ਜਦੋਂ ਸਲਾਖਾਂ ਦੇ ਪਿੱਛੇ ਹੋਣਗੇ। ਬਹੁਤ ਲਾਡਾਂ ਨਾਲ ਵਾਲਿਆ ਸੀਗਾ ਪੁੱਤ, ਇੱਕ ਬਾਹ ਨਾਲ ਇੱਕ ਲੱਤ ਦੇ ਸਾਰੇ ਸਾਡਾ ਉਹਨੇ ਸਹਾਰਾ ਬਣਨਾ ਸੀ ਜਿਹੜਾ ਉਹ ਬਣ ਨਹੀਂ ਸਕਿਆ। ਉਹਨੂੰ ਆਏ ਸੀ ਪੁੱਤ ਦੀ ਜ਼ਿੰਦਗੀ ਬਣ ਜੂ, ਬਾਹਰ ਚੱਲਿਆ ਜਾਊ। ਕੁੜੀ ਦੇ ਪੈਸੇ ਲਾਏ, ਆਈ ਲੈਸ ਵਾਲੀ ਕੁੜੀ ਲਈ, ਪੈਸੇ ਲਾਏ, ਪਰ ਜਿਹੜੇ ਸਾਡੇ ਸੁਪਨੇ ਸੀ ਉਹ ਅਧੂਰੇ ਰਹਿ ਗਏ।
ਲੱਗਦਾ ਸੀ ਇੰਨੇ ਪੈਸੇ ਲਾ ਕੇ ਉਹਨੂੰ ਇੱਥੇ ਕੰਮ ਕਰਾ ਸਕਦੇ ਲਵਪ੍ਰੀਤ ਨੂੰ? ਲੱਗਦਾ ਤਾਂ ਸੀ, ਬਸ ਕਿਸਮਤ ਨੇ ਸਾਥ ਨਹੀਂ ਦਿੱਤਾ ਸੀ। ਕੀ ਕਹੋਗੇ ਐਸੇ ਪਰਿਵਾਰ ਨੂੰ ਜਿਹੜੇ ਆ ਸਭ ਕੁਝ ਕਰਤਾ, ਥੋਤੋਂ ਦੂਰ ਲੈ ਗਿਆ ਆਪਣੇ ਬੇਟੇ ਨੂੰ? ਇਹ ਪਰਿਵਾਰ ਨੂੰ ਨਾ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ, ਇਹਨਾਂ ਨੂੰ ਜੇਲ੍ਹ ਹੋਣੀ ਚਾਹੀਦੀ ਹੈ, ਕਿਉਂਕਿ ਕਿਸੇ ਦਾ ਹੋਰ ਮਾਂ ਦਾ ਪੁੱਤ ਨਾ ਇੱਕਣ ਚਲਿਆ ਜਾਵੇ। ਮਤਲਬ ਨਸ਼ੇ ਦੀ ਗੱਲ ਕਰਦੇ ਨੇ, ਲੱਗਦਾ ਕਿ ਲਵਪ੍ਰੀਤ ਅਜਿਹਾ ਸੀ? ਨਹੀਂ ਜੀ, ਨਾ ਲਵਪ੍ਰੀਤ ਹਮੇਸ਼ਾ ਮੇਰੇ ਕੋਲ ਰਹਿੰਦਾ ਰਿਹਾ। ਕੁਮਾਰਾ ਹੁੰਦਾ ਵੀ ਆ ਹੁਣੇ ਇੱਕ ਮਹੀਨਾ ਹੋ ਗਿਆ ਸੀ ਸਹੁਰੇ ਲੈ ਕੇ, ਸਹੁਰੀ ਚੱਲਿਆ ਗਿਆ ਸੀ। ਫਿਰ ਤੁਸੀਂ ਜਦ ਜਾਂਦਾ ਸੀ? ਰੁਕਿਆ ਸੀ। ਮੈਂ ਕਿਹਾ ਤੂੰ ਇੱਥੇ ਨਹੀਂ, ਉਹਦੇ ਘਰ ਵਾਲੀ ਕਹਿੰਦੀ ਵੀ ਉੱਥੇ ਇਹ ਕੰਮ ਕਰੂ, ਮੈਂ ਵੀ ਉੱਥੇ ਲੱਗੂ। ਆਪ ਵੀ ਪਹਿਲਾਂ ਕਹਿੰਦੀ ਸੀ ਮੈਂ ਕੰਮ 'ਤੇ ਲੱਗੂੰਗੀ, ਅਸੀਂ ਦੋਨੋਂ ਜਾਣੇ ਮੰਮੀ ਕੰਮ ਕਰਾਂਗੇ, ਉੱਥੇ ਹੀ ਰਹਾਂਗੇ। ਪੈਸਾ ਖਰਚਿਆ ਉਹਨਾਂ ਨੇ ਕਦੇ? ਨਹੀਂ ਨਹੀਂ, ਉਹਨਾਂ ਨੇ ਇੱਕ ਰੁਪਈਆ ਨਹੀਂ ਕਦੇ ਖਰਚਿਆ, ਇੱਕ ਰੁਪਈਆ ਦਾ ਵੀ ਰਵਾਦਾਰ ਨਹੀਂ ਹੈਗੇ ਉਹ, ਵੀ ਉਹਨਾਂ ਨੇ ਇੱਕ ਰੁਪਈਆ ਵੀ ਲਾਇਆ ਹੋਵੇ। ਸਭ ਖਰਚਾ ਅਸੀਂ ਆਪ ਕਰੇ ਆ, ਜ਼ਮੀਨ ਸਾਡੀ ਵੇਚੀ ਹੋਈ ਸੀ, ਪੈਸਾ ਸਾਡੇ ਕੋਲ ਹੈਗਾ ਸੀ, ਅਸੀਂ ਸਾਰਾ ਪੈਸਾ ਜ਼ਮੀਨ ਵੇਚ ਕੇ ਪੁੱਤ ਦੀ ਜ਼ਿੰਦਗੀ ਬਣਾਉਣ ਵਾਸਤੇ ਅਸੀਂ ਇਹ ਕੰਮ ਕੀਤਾ ਸੀਗਾ। ਸਾਨੂੰ ਇਹ ਨਹੀਂ ਸੀ ਪਤਾ ਵੀ ਸਾਡੇ ਪੁੱਤ ਨਾਲ ਐਡਾ ਬੜਾ ਧੋਖਾ ਹੋ ਜਾਣਾ। ਮੈਨੂੰ ਸਾਡੇ ਪਿੰਡ ਦੇ ਸਰਪੰਚ ਸਾਹਿਬ ਦਾ ਫੋਨ ਆਇਆ ਸੀਗਾ, ਕਿਉਂਕਿ ਉਹਨਾਂ ਕੋਲ ਨੰਬਰ ਸੀ ਮੇਰਾ। ਮੈਨੂੰ ਉਹ ਕਹਿੰਦਾ ਵੀ ਰਣਜੀਤ ਤੂੰ ਕਿੱਥੇ ਆ? ਮੈਂ ਕਿਹਾ ਜੀ ਵੀ ਮੈਂ ਇੱਥੇ ਪਿੰਡ ਦੇ ਵਿੱਚ ਹੀ ਹਾਂ। ਕਹਿੰਦਾ ਵੀ ਤੂੰ ਮੈਨੂੰ ਆ ਕੇ ਮਿਲ ਜਲਦੀ ਤੋਂ ਜਲਦੀ। ਮੈਂ ਕਿਹਾ ਵੀ ਕੋਈ ਕੰਮ ਹੋਊ? ਕਹਿੰਦਾ ਵੀ ਹੁਣੇ ਆ ਜਾ। ਮੈਂ ਜਦ ਘਰੇ ਗਿਆ ਉਹ ਮੈਨੂੰ ਕਹਿੰਦਾ ਵੀ ਇੱਦਾਂ ਦਾ ਕਰਕੇ ਲਵਪ੍ਰੀਤ ਦੀ ਉਹਦੇ ਸਹੁਰੇ ਦਾ ਫੋਨ ਆਇਆ ਵੀ ਉਹਦੀ ਡੈਥ ਹੋ ਗਈ। ਮੈਂ ਕਿਹਾ ਮੈਂ ਤਾਂ ਹਜੇ ਹੁਣ ਘਰੋਂ ਆਇਆ ਵੀ ਇੱਦਾਂ ਹੋ ਹੀ ਨਹੀਂ ਸਕਦਾ, ਕਿਵੇਂ ਹੋਈ? ਕਹਿੰਦਾ ਵੀ ਤੇਰਾ ਡੈਡੀ ਕਿੱਥੇ ਆ? ਮੈਂ ਕਿਹਾ ਮੈਂ ਫੋਨ ਕਰ ਜਾਂ ਇਹਨਾਂ ਨੂੰ, ਫੋਨ ਕਰਿਆ ਮੈਂ ਤੁਸੀਂ ਕਿੱਥੇ ਹੋ? ਇਹ ਕਹਿੰਦੇ ਵੀ ਅਸੀਂ DMC ਦੇ ਵਿੱਚ ਹਜੇ ਪਹੁੰਚੇ ਹੀ ਹਾਂ ਲੁਧਿਆਣੇ, ਵੀ ਇੱਦਾਂ ਦਾ ਸਾਨੂੰ ਫੋਨ ਆਇਆ ਸੀਗਾ ਪਹਿਲਾਂ ਮੁੰਡੇ। ਮੈਂ ਕਿਹਾ ਜੀ ਇਹਨਾਂ ਦਾ ਫੋਨ ਆ ਗਿਆ ਵੀ ਉਹ ਕਹਿੰਦੇ ਨੇ ਮੁੰਡੇ ਦੀ ਆਪਣੀ ਦੀ ਡੈਥ ਹੋ ਗਈ ਕਰਕੇ। ਕਹਿੰਦੇ ਵੀ ਕੀ ਮੰਗ ਕਰਦੇ ਮਨੀਸ਼ਾ ਅਗਲਾ? ਅਸੀਂ ਮੰਗ ਇਹ ਚੀਜ਼ ਦੀ ਕਰਦੇ ਹਾਂ ਵੀ ਦੇਖੋ ਹਰ ਪੁੱਤ ਪੰਜਾਬ 'ਚੋਂ ਇੱਦਾਂ ਜਾਈ ਜਾਣ ਗਏ ਕੀ ਬਣੂ, ਕੀ ਤਾਂ ਵਿਸ਼ਵਾਸ ਕਰੂ ਬੰਦ ਹੈਗਾ ਕਿ ਤਾਂ ਵਿਸ਼ਵਾਸ ਕਰ। ਚਾਰ ਦਿਨ ਲਾਸਟ ਹੱਥਾਂ ਚੱਕ ਫਿਰੀ ਗਏ, ਸਾਡੀ ਕਿਸੇ ਨੇ ਨਹੀਂ ਛੋੜੀ, ਕੋਈ ਸੋਹਣੀ ਨਹੀਂ ਰਿਹਾ ਗੱਲ ਕਿ ਇੱਕ ਜ਼ਿੰਦਗੀ 'ਚ ਪੈਸਾ ਹੀ ਰਹਿ ਗਿਆ, ਇਨਸਾਨ ਦੀ ਕੋਈ ਕਦਰ ਨਹੀਂ। ਮੇਰੇ ਹੱਥਾਂ ਛੱਡ ਕੇ ਬੋਡੀ ਤੁਰ ਗਏ, ਭੱਜ ਗਏ ਉਹ, ਚਾਰ ਦਿਨ ਲਈ ਫਿਰੀ ਗਿਆ।